ਹੈਲੋ एवरीवन वेलकम यू ऑल ਇਨ ਯਰ ਓਨ ਚੈਨਲ ਲਰਨ एवरीथिंग ਸੋ ਨੈਕਸਟ ਅਸੀਂ ਕਰਨ ਜਾ ਰਹੇ ਹਾਂ ਸੋਲਰ ਸੈਲ ਇਹ ਵੀ ਇਲੈਕਟ੍ਰੋਨਿਕਸ ਦੇ ਸਿਲੇਬਸ ਦੇ ਵਿੱਚ ਮੈਂਸ਼ਨ ਹੈਗਾ ਬਹੁਤ ਜ਼ਿਆਦਾ ਈਜ਼ੀ ਹੈਗਾ ਤੇ ਇੰਪੋਰਟੈਂਟ ਵੀ ਹੈਗਾ ਸੋਲਰ ਸੈਲ ਹੁੰਦੇ ਕੀ ਆ ਦੇਖੋ ਫਸਟ ਆਫ ਅਲ ਹੈ ਇਹ ਵੀ ਸਪੈਸ਼ਲ ਟਾਈਪ ਦੇ ਪੀ ਐਨ ਜੰਕਸ਼ਨ ਡਾਇਓਡ ਯੇ ਜਿਹੜੇ ਕਨਵਰਟ ਕਰਦੇ ਸੋਲਰ એનર્ਜੀ ਨੂੰ ਇਲੈਕਟ੍ਰੀਕਲ એનર્ਜੀ ਚ ਠੀਕ ਹੈ ਜੀ ਹੈਗੇ ਜੰਕਸ਼ਨ ਡਾਇਓਡ ਪੀ ਐਨ ਜੰਕਸ਼ਨ ਡਾਇਓਡ ਜਿਹੜੇ ਸਪੈਸ਼ਲ ਟਾਈਪ ਦੇ ਲਾਈਕ ਜ਼ੀਨਰ ਡਾਇਓਡ ਜਿੱਦਾਂ ਸੀਗਾ ਇਹ ਵੀ ਇੱਕ ਸਪੈਸ਼ਲ ਟਾਈਪ ਪੀ ਐਨ ਜੰਕਸ਼ਨ ਡਾਇਓਡ ਐਨਰਜੀ ਕਨਵਰਟਡ ਇਨਟੂ ਇਲੈਕਟ੍ਰੀਕਲ ਐਨਰਜੀ ਨੋ ਕੰਸਟਰਕਸ਼ਨ ਕੰਸਟਰਕਸ਼ਨ ਦੇਖੋ ਜੇ ਪੀਐਨ ਜੰਕਸ਼ਨ ਡਾਇੋਡ ਆਬਵੀਅਸਲੀ ਕੰਸਿਸਟ ਹੋਏਗਾ ਆਫ ਪੀਐਨ ਜੰਕਸ਼ਨ ਡਾਇੋਡ ਜਿਹਦੇ ਵਿੱਚ ਇੱਕ ਐਨ ਰੀਜ਼ਨ ਹੁੰਦਾ ਇੱਕ ਪੀ ਰੀਜ਼ਨ ਹੁੰਦਾ ਹੈ ਤੁਹਾਨੂੰ ਪਤਾ ਨਾ ਪੀਐਨ ਜੰਕਸ਼ਨ ਡਾਇੋਡ ਚ ਬਸ ਇਹ ਚ ਧਿਆਨ ਰੱਖਣ ਵਾਲੀ ਗੱਲ ਕੀ ਹੈ ਕਿ ਜਿਹੜਾ ਐਨ ਰੀਜ਼ਨ ਹੋਏਗਾ ਵੈਰੀ ਥਿਨ ਹੋਏਗਾ That is 0.3 into 10 to the power minus 6 meter, and P reason is very thick, that is 300 into 10 to the power minus 6 meter. This is N reason thin, and this is P reason very thick. This is 300 into 10 to the power minus 6 meter, and this is 0.3 into 10 to the power minus 6 meter. Clear? ਸੋ ਜੰਕਸ਼ਨ ਸਰਫੇਸ ਇਸ ਕੈਪਟਲ ਆਰ ਸੋ ਇਜ਼ ਦਾ ਲਾਰਜ ਅਮਾਉਂਟ ਆਫ ਰੇਡੀਏਸ਼ਨਸ ਫਾਲ ਇਨ ਇਟ ਆਪਾ ਜੰਕਸ਼ਨ ਦਾ ਜਿਹੜਾ ਸਰਫੇਸ ਆ ਉਹ ਕੋਸ਼ਿਸ਼ ਕਰਦੇ ਜਿਆਦਾ ਹੋਵੇ ਕਿਉਂ ਕਿਉਂਕਿ ਉੱਤੇ ਜਿਆਦਾ ਤੋਂ ਜਿਆਦਾ ਲਾਈਟ ਆ ਕੇ ਜੜੀ ਪਵੇ ਖਿਉ ਕਿਉਂਕਿ ਜਿੰਨੀ ਲਾਈਟ ਆਏਗੀ ਜਿੰਨੇ ਉਨਾ ਪ੍ਰੋਸੈਸ ਜਿਆਦਾ ਹੋਏਗਾ ਤੇ ਉਨਾ ਜ਼ਿਆਦਾ ਕੀ ਹੋਏਗੀ ਇਲੈਕਟ੍ਰੀਕਲ એનર્ਜੀ ਕਨਵਰਟ ਹੋਏਗੀ ਥੈਟ ਮੀਨਸ ਕਿ ਅਸੀਂ ਜੰਕਸ਼ਨ ਦੇ ਸਰਫੇਸ ਨੂੰ ਇੰਨਾ ਲਾਰਜ ਰੱਖਣਾ ਹੈ ਕਿ ਜਿਆਦਾ ਤੋਂ ਜਿਆਦਾ ਰੇਡੀਏਸ਼ਨਸ ਜਿਹੜੀਆਂ ਇੱਥੇ ਫਾਲ ਕਰ ਸਕਣ ਨੈਕਸਟ ਇਜ਼ ਅ ਨਿਕਲ ਪਲੇਟ ਕੰਟੈਕਟਰ ਕੰਟੈਕਟ ਕਨੈਕਟਡ ਥਰੂ ਲੋਡ ਰੈਜ਼ਿਸਟੈਂਸ ਜਿਹੜੇ ਨਿੱਕਲ ਪਲੇਟ ਦੇ ਕੰਟੈਕਟ ਬਣਾਏ ਨਾ ਨਿੱਕਲ ਪਲੇਟ ਦੇ ਕੰਟ ਥਿਸ ਇਜ਼ ਐਂਡ ਥਿਸ ਇਜ਼ ਇਹਨਾਂ ਨੂੰ ਕਨੈਕਟ ਕੀਤਾ ਥਰੂ ਦਾ ਲੋਡ ਰੈਜ਼ਿਸਟੈਂਸ ਕਲੀਅਰ ਇਹ ਚ ਕੁਐਸਚਨ ਕਿਦਾਂ ਪੁੱਟ ਕੀਤਾ ਜਾ ਸਕਦਾ ਕਿ ਉਹਦੇ ਵਿੱਚ ਕਿਹੜਾ ਰੀਜ਼ਨ ਥਿੰਨ ਹੁੰਦਾ ਆਪਸ਼ਨ ਦੇ ਦੇਗਾ ਠੀਕ ਹੈ ਥਿੱਕ ਕਿਹੜਾ ਹੋ ਸਕਦਾ ਜਾਂ ਉਹਦੀ ਥਿੱਕਨੈਸ ਪੁੱਛੀ ਜਾ ਸਕਦੀ ਹੈ ਠੀਕ ਹੈ ਦੂਸਰਾ ਪੁੱਛਿਆ ਜਾ ਸਕਦਾ ਹੈ ਕਿ ਜੰਕਸ਼ਨ ਸਰਫੇਸ ਲਾਰਜ ਰੱਖਣਾ ਕਿ ਸਮਾਲ ਰੱਖਣਾ ਯਾਨੀ ਨਿੱਕਲ ਪਲੇਟ ਕੰਟੈਕਟ ਕਿਹਦੇ ਥਰੂ ਜਿਹੜੇ ਕਨੈਕਟਡ ਹੁੰਦੇ ਆ ਸੋ ਇਦਾਂ ਕੁਐਸਚਨ ਫਰੇਮ ਹੋ ਸਕਦੇ ਆ ਨੈਕਸਟ ਦਾ ਮਟੀਰੀਅਲ ਆਪਾਂ ਯੂਜ਼ ਕਰਨਾ ਉਹਦੀਆਂ ਕੁਆਲਿਟੀਆਂ ਕੀ ਆ ਕਿਦਾਂ ਦਾ ਮਟੀਰੀਅਲ ਹੋਣਾ ਚਾਹੀਦਾ ਕੋਸਟ ਘੱਟ ਹੋਵੇ इजीली ਅਵੇਲੇਬਲ ਹੋ ਜਾਵੇ ਠੀਕ ਹੈ ਡਿਜ਼ਾਇਰੇਬਲ ਜਿੰਨੀ ਕੁ ਕੰਡਕਟਿਵਿਟੀ ਤੁਸੀਂ ਚਾਹੁੰਦੇ ਹੋ ਤੁਹਾਨੂੰ ਮਿਲ ਜਾਵੇ ਆਪਟੀਕਲ ਐਬਸਾਰਪਸ਼ਨ ਜ਼ਿਆਦਾ ਹੋਣੀ ਚਾਹੀਦੀ ਆ ਠੀਕ ਹੈ ਟੈਂਸਪ ਫੋਰਬਿਡਨ એનર્ਜੀ ਕੈਪ ਜਿਹੜਾ 1 ਟੂ 1.8 ਇਲੈਕਟ੍ਰੋਨ ਵੋਲਟ ਦਾ ਹੋਣਾ ਚਾਹੀਦਾ ਕਿੰਨਾ ਹੋਣਾ ਚਾਹੀਦਾ 1 ਟੂ 1.8 ਇਲੈਕਟ੍ਰੋਨ ਵੋਲਟ ਸੋ ਇਹਨਾਂ ਦਾ ਪਤਾ ਤੁਹਾਨੂੰ ਕੋਈ ਵੀ ਮਟੀਰੀਅਲ ਦੀ ਕਾਸਟ ਘੱਟ ਹੋਵੇ ਤਾਂ ਵਧੀਆ ਹੋਏਗਾ ਅਵੇਲੇਬਲ ਵੀ ਇਜ਼ੀਲੀ ਹੋ ਜਾਵੇ ਜਿੰਨੀ ਕਿ ਤੁਹਾਨੂੰ ਡਿਜ਼ਾਇਰੇਬਲ ਉੱਥੇ ਪ੍ਰੋਡਕਟੀਵਿਟੀ ਚਾਹੀਦੀ ਆ ਹਨਾ ਇਹਦੇ ਵਿੱਚ ਕਿਸ ਤਰ੍ਹਾਂ ਨੂੰ ਪ੍ਰੋਡਕਟ ਦੇ ਵਿੱਚ ਕੰਡਕਟੀਵਿਟੀ ਚਾਹੀਦੀ ਆ ਉਹ ਤੁਹਾਨੂੰ ਮਿਲ ਜਾਵੇ ਇਹ ਤਾਂ ਤਿੰਨ ਕਾਮਨ ਚੀਜ਼ਾਂ ਹੈਗੀਆਂ ਬਾਕੀ ਇਹ ਦੋ ਯਾਦ ਕਰ ਲੈਣਾ ਕਿ ਆਪਟੀਕਲ ਐਬਜ਼ਾਰਪਸ਼ਨ ਜੀ ਟੈਂਸ ਪਾਵਰ 4 ਪਰ ਸੈਂਟੀਮੀਟਰ ਹੋਣੀ ਚਾਹੀਦੀ ਤੇ ਫੋਰ ਬਿਡਨ એનર્ਜੀ ਗੈਪ ਇਟ ਇਜ਼ ਬੀਟਵੀਨ 1 ਟੂ 8 ਇਲੈਕਟ੍ਰੋਨ ਵੋਲਟ ਹੋਣਾ ਚਾਹੀਦਾ ਐਕਸ਼ਨ ਹੁਣ ਇੱਥੇ ਵਰਕਿੰਗ ਕਿੱਦਾਂ ਹੁੰਦੀ ਆ ਵੈਨ ਸੋਲਰ ਲਾਈਟ ਫਾਲ ਔਨ ਸੋਲਰ ਸੈੱਲ ਜਦੋਂ ਨਾ ਇਹ ਸੋਲਰ ਲਾਈਟ ਫਾਲ ਕਰੇਗੀ ਸੋਲਰ ਸੈੱਲ ਤੇ ਉੱਥੇ ਕੀ ਹੋਏਗਾ ਇਲੈਕਟ੍ਰੋਨ ਹੋਲ ਪੇਅਰ ਜਨਰੇਸ਼ਨ ਹੋਏਗੀ ਇਲੈਕਟ੍ਰੋਨ ਹੋਲ ਪੇਅਰ ਜਨਰੇਟ ਹੋਣਗੇ ਇਨ ਦਾ ਬੋਥ ਐਨਰਿਜ਼ਨ ਐਂਡ ਪੀ ਰਿਜ਼ਨ ਆਫ ਦਾ ਜੰਕਸ਼ਨ ਡਾਇਡ ਐਨਰਿਜ਼ਨ ਦੇ ਵਿੱਚ ਵੀ ਤੇ ਪੀ ਰਿਜ਼ਨ ਦੇ ਵਿੱਚ ਵੀ ਦੋਨਾਂ ਵਿੱਚ ਕੀ ਹੋਏਗਾ ਇਲੈਕਟ੍ਰੋਨ ਤੇ ਹੋਲ ਪੇਅਰ ਜਨਰੇਟ ਜਨਰੇਟ ਹੋਣਗੇ ਕਲੀਅਰ ਇਹ ਯਾਦ ਰੱਖਣਾ ਜਿੱਦਾਂ ਹਰ ਇੱਕ ਚੀਜ਼ ਇੱਕ ਪ੍ਰਿੰਸੀਪਲ ਹੁੰਦਾ ਇੱਕ ਬੇਸਿਕ ਤੇ ਕੰਮ ਕਰਦਾ ਹੈ ਇਹਦੇ ਵਿੱਚ ਕੀ ਹੋਇਆ ਜਦੋਂ ਲਾਈਟ ਪਾਲ ਕੀਤੀ ਐਨ ਰੀਜਨ ਤੇ ਪੀ ਰੀਜਨ ਦੇ ਵਿੱਚ ਇਲੈਕਟ੍ਰੋਨ ਹੋਲ ਪੇਅਰ ਜਨਰੇਟ ਹੋ ਗਏ ਉਸ ਤੋਂ ਬਾਅਦ ਕੀ ਹੋਇਆ ਇਲੈਕਟ੍ਰੋਨ ਜਿਹੜੇ ਸੀਗੇ ਪੀ ਰੀਜਨ ਚ ਉਹ ਡਿਫਿਊਜ਼ ਕਰ ਗਏ ਐਨ ਰੀਜਨ ਦੇ ਵਿੱਚ ਦੇਖੋ ਪੀ ਰੀਜਨ ਕੀ ਹੁੰਦਾ ਜਿੱਥੇ ਜ਼ਿਆਦਾ ਕੀ ਹੁੰਦੇ ਹੋਲਸ ਇਲੈਕਟ੍ਰੋਨ ਦਾ ਘੱਟ ਹੁੰਦੇ ਜਿਹੜੇ ਥੋੜੇ ਬਹੁਤ ਇਲੈਕਟ੍ਰੋਨਸ ਆ ਉਹ ਸਾਰੇ ਕਿੱਧਰ ਚਲ ਜਾਣਗੇ ਐਨ ਰੀਜਨ ਚ ਤੇ ਹੋਲ ਜਿਹੜੇ ਆ ਉਹ ਐਨ ਰੀਜਨ ਤੋਂ ਕਿੱਥੇ ਚਲ ਜਾਣਗੇ ਪੀ ਰੀਜਨ ਦੇ ਵਿੱਚ ਆ ਪੀ ਰਿਜਨ ਆ ਇੱਥੇ ਜਿਹੜੇ ਥੋੜੇ ਬੋਤੇ ਇਲੈਕਟ੍ਰੋਨ ਸੀਗੇ ਉਹ ਐਨਵਲ ਚਲ ਜਾਣਗੇ ਤਾਂ ਕਿ ਇੱਕ ਸਾਡੇ ਇਲੈਕਟ੍ਰੋਨ ਇਲੈਕਟ੍ਰੋਨ ਹੋ ਜਾਣ ਐਨ ਚ ਜਿਹੜੇ ਥੋੜੇ ਬੋਤੇ ਹੋਲ ਸੀਗੇ ਉਹ ਪੀ ਰਿਜਨਸ ਆ ਜਾਣਗੇ ਤਾਂ ਕਿ ਇੱਕ ਪਾਸੇ ਸਾਰੇ ਹੋਲ ਹੋਲ ਹੋ ਜਾਣ ਠੀਕ ਹੈ ਇਹ ਹੁੰਦਾ ਕਿਉਂ ਆ ਡੂ ਟੂ ਇਲੈਕਟ੍ਰਿਕ ਫੀਲਡ ਅਕ੍ਰੋਸ ਦਾ ਡਿਪਲੀਸ਼ਨ ਲੇਅਰ ਹੁਣ ਕੀ ਹੋਏਗਾ ਇਹਦੇ ਨਾਲ ਕੀ ਹੋਏਗਾ ਇਲੈਕਟ੍ਰੋਨ ਹੋਲ ਗੈਟ ਸੈਪਰੇਟਡ ਆਊਟ ਇਲੈਕਟ੍ਰੋਨ ਇੱਕ ਪਾਸੇ ਚਲ ਗਏ ਹੋਲ ਇੱਕ ਪਾਸੇ ਸੈਪਰੇਟ ਆਊਟ ਹੋ ਗਏ ਠੀਕ ਹੈ ਫਾਰ ਬੈਟਰ ਜੇ ਤੁਸੀਂ ਚਾਹਨੇ ਵਧੀਆ ਇਲੈਕਟ੍ਰੋਨ ਹੋਲ ਸੈਪਰੇਸ਼ਨ ਹੋਵੇ ਤਾਂ ਜਿਹੜੀ ਫੋਟੋ ਐਮਿਸ਼ਨ ਹੈ ਨਾ ਉਹ ਟੇਕ ਪਲੇਸ ਹੋਣੀ ਚਾਹੀਦੀ ਇਨ ਦਾ ਜੰਕਸ਼ਨ ਏਰੀਆ ਓਨਲੀ ਉਹ ਸਿਰਫ ਜੰਕਸ਼ਨ ਏਰੀਆ ਦੇ ਵਿੱਚ ਹੀ ਹੋਵੇ ਜੇ ਇਦਾਂ ਹੋਵੇਗੀ ਤਾਂ ਵਧੀਆ ਇਲੈਕਟ੍ਰੋਨ ਹੋਲ ਜਿਹੜੀ ਸੈਪਰੇਸ਼ਨ ਉਹ ਵਧੀਆ ਹੋਏਗੀ ਕਲੀਅਰ ਜੇ ਪੀਐਨ ਜੰਕਸ਼ਨ ਡਾਇਓਡ ਜਿਹੜਾ ਓਪਨ ਓਪਨ ਸਰਕਟਡ ਹੈਗਾ ਕਿ ਮਤਲਬ ਓਪਨ ਸਰਕਟ ਦੇ ਵਿੱਚ ਆ ਦੈਨ ਹੋਲ ਤੇ ਇਲੈਕਟ੍ਰੋਨ ਜਿਹੜੇ ਆ ਉਹ ਕਲੈਕਟ ਹੋਣਗੇ ਬੋਥ ਸਾਈਡ ਫਿਰ ਇੱਕ ਇੱਕ ਸਾਈਡ ਨਹੀਂ ਹੋਣਗੇ ਉਹ ਦੋਨੇ ਸਾਈਡ ਕਲੈਕਟ ਹੋਣਗੇ ਠੀਕ ਹੈ ਜੇ ਓਪਨ ਸਰਕਟ ਪੁੱਛਿਆ ਜਾ ਸਕਦਾ ਠੀਕ ਹੈ ਐਂਡ ਗਿਵ ਦਾ ਐਂਡ गिव राइज टू एन ओपन सर्किट वोल्टेज ਉਹਨਾ ਇੱਕ ओपन सर्किट वोल्टेज आएगी वी नॉट ਜੇਤੇ ਅੱਗੇ ਮੈਂ ਤੁਹਾਨੂੰ ਦਿਖਾਵਾਂਗੀ ਵੀ नॉट ਤੇ ਇੱਕ ਮੈਕਸਿਮਮ ਕਰੰਟ ਆਂਦਾ ਆਈ ਐਸ ਸੈਚੂਰੇਸ਼ਨ ਜਿਹੜਾ ਕਰੰਟ ਆਂਦਾ ਹੈ ਮੈਕਸਿਮਮ ਕਰੰਟ ਜਿਹਨੂੰ ਸ਼ਾਰਟ ਸਰਕਟ ਕਰੰਟ ਕਹਿੰਦੇ ਆ ਜਿਹੜਾ ਮਤਲਬ ਕਿ ਜਿਹੜਾ ਡਰਾ ਕੀਤਾ ਜਾ ਸਕਦਾ ਸੈੱਲ ਦੇ ਵਿੱਚੋਂ ਅੱਗੇ ਅਸੀਂ ਇਹਨੂੰ ਦੇਖਣਾ ਹੈਗਾ ਆਉਟੋ ਕਲੀਅਰ ਹੋ ਜਾਣਾ ਠੀਕ ਹੈ ਤੇ ਜਿਹੜਾ ਇਲੈਕਟ੍ਰਿਕ ਕਰੰਟ ਆ ਇਨ ਦਾ ਸਰਕਟ ਉਹ ਕੀ ਹੋਏਗਾ ਇਨਕਰੀਜ਼ ਕਰੇਗਾ ਵਿਦ ਇਨਕਰੀਜ਼ ਇਨ ਦਾ ਲਾਈਟ ਇੰਟੈਂਸਿਟੀ ਜਿਹੜੀ ਸਨ ਦੀ ਲਾਈਟ ਆ ਰਹੀ ਹੈ ਜਿੰਨੀ ਜ਼ਿਆਦਾ ਇੰਟੈਂਸ ਹੋਏਗੀ ਨਾ ਉਨਾ ਇਲੈਕਟ੍ਰਿਕ ਕਰੰਟ ਵੀ ਵਧੇਗਾ ਡਾਇਰੈਕਟਲੀ ਹੈਗਾ ਨੈਕਸਟ ਇਹਦੀਆਂ ਵੋਲਟੇਜ ਤੇ ਕਰੰਟ ਦਾ ਕੈਰੈਕਟਰਿਸਟਿਕਸ ਵੀ ਆਈ ਕੈਰੈਕਟਰਿਸਟਿਕਸ ਕੀ ਹੈ ਇੱਧਰ ਨੂੰ ਆਪਾਂ ਵੋਲਟੇਜ ਲੈ ਲਈ ਇੱਧਰ ਨੂੰ ਕਰੰਟ ਲੈ ਲਿਆ ਫਰਸਟ ਸੈਕੰਡ ਥਰਡ ਫੋਰਥ ਕੁਆਡਰੈਂਟ ਦੇ ਵਿੱਚ ਸਾਨੂੰ ਜਿਹੜਾ ਗ੍ਰਾਫ ਮਿਲਿਆ ਆ ਵੀ ਨੋਟ ਓਪਨ ਸਰਕuited ਵੋਲਟੇਜ ਹੈਗੀ ਆ ਤੇ ਆਈਐਸ ਕੀ ਆ ਮੈਕਸਿਮਮ ਕਰੰਟ ਜਿਹੜਾ ਸ਼ਾਰਟ ਸਰਕਟ ਕਰੰਟ ਆ ਜਿਹੜਾ ਡਰਾ ਕੀਤਾ ਜਾਂਦਾ ਸੈੱਲ ਦੇ ਵਿੱਚੋਂ ਇਹ ਜਿਹੜੀ ਕਰਵ ਸਾਨੂੰ ਫੋਰਥ ਕੁਆਡਰੈਂਟ 'ਚ ਹੀ ਕਿਉਂ ਮਿਲੀ ਕਿਉਂਕਿ ਜਿਹੜਾ ਸੋਲਰ ਸੈੱਲ ਆ ਨਾ ਜਿਹੜਾ ਸੋਲ ਇਟ ਡਰਾ ਨਹੀਂ ਕਰਦਾ ਕਰੰਟ ਨੂੰ ਇਟ ਸਪਲਾਈ ਕਰਦਾ ਕਰੰਟ ਨੂੰ ਟੂ ਦਾ ਲੋਡ ਰੈジਸਟੈਂਸ ਠੀਕ ਹੈ ਗੱਲ ਤੋਂ ਥੋੜਾ ਧਿਆਨ ਰੱਖਣਾ ਕਿ ਫੋਰਥ ਕੁਆਰਟੈਂਟ ਦੇ ਵਿੱਚ ਕਿਉਂ ਲਾਈਕ ਹੈਗਾ ਇਹ ਕਿਉਂਕਿ ਸੋਲਰ ਸੈਲ ਡਰਾ ਨਹੀਂ ਕਰਦਾ ਕਰੰਟ ਨੂੰ ਇਟ ਇਸ ਸਪਲਾਈ ਕਰਦਾ ਕਰੰਟ ਟੂ ਦੀ ਲੋਡ ਰੈジਸਟੈਂਸ ਕਲੀਅਰ ਇਟ ਸਪਲਾਈ ਦਾ ਕਰੰਟ ਟੂ ਦੀ ਲੋਡ ਰੈジਸਟੈਂਸ ਉਸ ਤੋਂ ਬਾਅਦ ਆ ਜਾਂਦੇ ਦੇ ਯੂਸਸ ਕਿ ਯੂਜ਼ ਕਿੱਥੇ-ਕਿੱਥੇ ਹੁੰਦਾ ਦੇਖੋ ਸਭ ਤੋਂ ਪਹਿਲਾਂ ਸਟਰੀਟ ਲਾਈਟ ਸੋਲਰ ਹੀਟਰ ਕੈਲਕੂਲੇਟਰ ਠੀਕ ਹੈ ਇਹਨਾਂ ਵਿੱਚ ਐਜ਼ ਅ ਪਾਵਰ ਸਪਲਾਈ ਸੈਟੇਲਾਈਟ ਵਹੀਕਲ ਜਿਹੜੇ ਸੈਟੇਲਾਈਟਸ ਦੇ ਵਿੱਚ ਜਾਂ ਫਿਰ ਸਪੇਸ ਵਹੀਕਲ ਹੈਗੇ ਉਹਨਾਂ ਚ ਵੀ ਤੁਹਾਨੂੰ ਪਤਾ ਸੋਲਰ ਸੈਲ ਯੂਜ਼ ਹੁੰਦੇ ਆ ਤੁਸੀਂ ਮੈਨ ਮੈਨ ਦੇਖ ਲਓ ਸਟਰੀਟ ਲਾਈਟ ਸੋਲਰ ਹੀਟਰ ਕੈਲਕੂਲੇਟਰ ਇਦਾਂ ਦੇ ਹੋਰ ਬਹੁਤ ਸਾਰੇ ਯੂਜ਼ਰ ਇਹ ਦੇਖੋ ਜਿਆਦਾ ਇੰਪੋਰਟੈਂਟ ਕੀ ਚੀਜ਼ ਹੈ ਜਿਹੜੀ ਵੀ ਲਾਈਟ ਆ ਰਹੀ ਆ ਨਾ ਉਹਦੀ એનર્ਜੀ ਉਸ એનર્ਜੀ ਗੈਪ ਤੋਂ ਜ਼ਿਆਦਾ ਹੋਣੀ ਚਾਹੀਦੀ ਐਚ ਨਿਊ ਇਜ਼ એનર્ਜੀ ਆਫ ਫੋਟੋਨ ਲਾਈਟ ਕੀ ਆ ਫੋਟਨਸਿਸਟ ਆਫ ਫੋਟੋਨ ਹੀ ਹੁੰਦੇ ਨਾ ਫੋਟੋਨ ਦੀ એનર્ਜੀ ਕਿੰਨੀ ਦੀ ਐਚ ਨਿਊ ਉਹ ਜਿਹੜੀ ਲਾਈਟ ਦੀ એનર્ਜੀ ਉਹ ਜ਼ਿਆ ता ही प्रोसैस जो फॉलो हो पाएगा जी सोलर एनर्जी कन्वर्ट होएगी इलैक्ट्रिकल एनर्जी कैन बी यूज टू सप्लाई द करंट फ्रॉम अ सोलर सैल ठीक है सोलर सैल चो करंट सप्लाई करने यूज होंगी है क्लियर ए इम्पॉर्टेंट है कॉन ले एनर्जी का वन पॉइंट वन इलैक्ट्रॉन वोल्ट होना चाहिए कॉपर आई एन एस सी टू लन पॉइंट जीरो फोर इलैक्ट्रॉन वोल्ट एंड जी ए एस ली एस ठीक है वन पॉइंट फोर थ्री वोल्ट एंड सी डी टी ई ठीक है કેડમિયમ ਤੇ ਨਾਲ ਅਸੀਂ TE ਯੂਜ਼ ਕਰਦੇ ਆ 1.4 ઇલેક્ટ્રોન વોલ્ટ ਸਭ ਤੋਂ ਇੰਪੋਰਟੈਂਟ ਹੈਗਾ ધીસ વન ਐਂਡ ધીસ વન ਇਹ ਤੁਹਾਨੂੰ ਜ਼ਿਆਦਾ યાદ હોਣੀ ਚਾਹੀਦੀ ਆ ਡਾਇਰੈਕਟ ਪੁੱਛ લેਗਾ ਇਨ ਕੇਸ ਆਫ સોલર 셀 ਯਾ ਆਪਾਂ સિલિકોਨ ਮਟੀਰੀਅਲ ਯੂਜ਼ ਕਰਦੇ ਆ ਤੇ ਇલેક્ટ્રોਨ ਜਿਹੜਾ એનર્ਜੀ ਗੈਪ ਆ ਉਹ ਕਿੰਨਾ ਹੋਣਾ ਚਾਹੀਦਾ 1.1 ਇલેક્ટ્રોਨ વોલ્ટ ਐਂਡ ਵਾਟ ਇਜ਼ ધ ਕੰਡੀਸ਼ਨ ਫਾਰ ધ ਪੂਰੇ ਮੈਕੈਨਿਜ਼ਮ ਲਈ HNU ਇਜ਼ ਗ੍ਰੇਟਰ ਦੈਨ એનર્ਜੀ ਗੈਪ ਯਾਨੀ ਫੋਟੋਨ ਦੀ એનર્ਜੀ ਸ਼ੁੱਡ ਬੀ ਗ੍ਰੇਟਰ ਦੈਨ એનર્ਜੀ ਗੈਪ ਤਾਂ ਹੀ ਜਿਹੜੀ ਕੋਈ ਵੀ ਲਾਈਟ ਆ ਜਿਹੜੀ ਉਹ ਸਪਲਾਈ ਕਰਾਪ ਆਏਗੀ ਕਰੰਟ ਫਰੋਮ ਦਾ ਸੋਲਰ ਸੈਲ ਕਲੀਅਰ ਥਿਸ ਇਜ਼ 올 ਅਬਾਊਟ ਦਾ ਸੋਲਰ ਸੈਲ ਜੋ ਇਹਦੇ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਟ ਜਿਹੜੇ ਕੁਐਸਚਨ ਜਿਹੜੇ ਫਰੇਮ ਹੋ ਸਕਦੇ ਆ ਪਹਿਲਾ ਕੁਐਸਚਨ ਤਾਂ ਇਹ ਹੋ ਸਕਦਾ ਕਿ ਸੋਲਰ ਸੈਲ ਦਾ ਕੰਮ ਕੀ ਆ ਕਨਵਰਟ ਕਰਦਾ ਸੋਲਰ એનર્ਜੀ ਨੂੰ ਇਲੈਕਟ੍ਰੀਕਲ એનર્ਜੀ ਚ ਕੰਸਟਰਕਸ਼ਨ ਜੋ ਬਣ ਸਕਦਾ ਆ ਕਿ ਇਹਦੇ ਵਿੱਚ ਪੀ ਰਿਜ਼ਨ ਜੈਨਰੀਜ਼ਨ ਚ ਥਿੱਕ ਕਿਹੜਾ ਆ ਥਿਨ ਕਿਹੜਾ ਜਾਂਦੀ ਥਿੱਕਨੈਸ ਪੁੱਛੀ ਜਾ ਸਕਦੀ ਆ ਜਿਹੜੇ ਨਿੱਕਲ ਪਲੇਟ ਕੰਟੈਕਟ ਹੈਗੇ ਉਹ ਕਿੱਦਾਂ ਕਨੈਕਟਡ ਹੁੰਦੇ ਆ ਜੰਚਿੰਦਾ ਸਰਫੇਸ ਕਿੰਦਾ ਲਾਰਜ ਕਿਉਂ ਰੱਖਿਆ ਜਾਂਦਾ ਤਾਂ ਕਿ ਚਲ ਜਿਆਦਾ ਅਮਾਉਂਟ ਆਫ ਰੈਡੀਗेशंस ਹੋ ਸਕਣ ਆਪਟੀਕਲ ਐਬਸਾਰਪਸ਼ਨ ਕਿੰਨੀ ਕੁ ਹੋਣੀ ਚਾਹੀਦੀ ਹੈ ਫਾਰਬਿਡਨ એનર્ਜੀ ਗੈਪ ਇਨ ਕੇਸ ਆਫ ਸੋਲਰ ਜਿਹੜਾ ਸੈੱਲ ਕਿੰਨਾ ਹੋਣਾ ਚਾਹੀਦਾ ਠੀਕ ਹੈ ਕਿਉਂ ਵਧੀਆ ਮਟੀ ਇੱਕ ਮਟੀਰੀਅਲ ਦੀ ਵਧੀਆ ਹੋਣ ਲਈ ਠੀਕ ਹੈ ਤੇ ਐਕਸ਼ਨ ਦੇ ਵਿੱਚ ਪੁੱਛਿਆ ਜਾ ਸਕਦਾ ਹੈ ਕਿ ਜਦੋਂ ਸੋਲਰ ਸੈੱਲ ਤੇ ਲਾਈਟ ਫਾਲ ਕੀਤੀ ਆ ਸੋਲਰ ਲਾਈਟ ਸੌਰੀ ਫਾਲ ਕੀਤੀ ਆ ਸੋਲਰ ਸੈੱਲ ਤੇ ਤਾਂ ਇਲੈਕਟ੍ਰੋਨ ਉੱਥੇ ਹੁੰਦਾ ਕੀ ਹੈ ਇਲੈਕਟ੍ਰੋਨ ਹੋਲ ਪੇਅਰ ਜਨਰੇਟ ਹੁੰਦੇ ਆ ਠੀਕ ਹੈ ਬੋਥ ਮੈਨ ਲਿਕੇ ਇਹ ਵੀ ਪੁੱਛਿਆ ਜਾਂਦਾ ਕਿ ਜਨਰੇਟ ਹੁੰਦੇ ਕਿੱਥੇ ਐਨ ਰੀਜਨ ਪੀ ਰੀਜਨ ਜਾਂ ਦੋਨਾਂ ਵਿੱਚ ਐਨ ਰੀਜਨ ਚ ਵੀ ਤੇ ਪੀ ਰੀਜਨ ਚ ਵੀ ਠੀਕ ਹੈ ਫਿਰ ਉਸ ਦੇ ਵਿੱਚ ਅੱਗੇ ਕੀ ਸੈਪਰੇਟ ਆਊਟ ਹੋ ਜਾਂਦੀ ਹੈ ਜੋ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਆਈ ਕੈਰੈਕਟਰੀਸਟਿਕਸ ਤੇ ਬਣ ਸਕਦਾ ਹੈ ਥਿਸ ਇਜ਼ 올 ਅਬਾਊਟ ਸੋਲਰ ਸੈੱਲ ਔਰ ਚੰਗੀ ਤਰ੍ਹਾਂ ਕੱਲਣਾ